ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸਵੈਮਾਨ ਸਿੰਘ ਪਖੋਕੇ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਪਤਾ ਲੱਗ ਹੀ ਗਿਆ ਹੋਊਗਾ ਕਿ ਮੈਂ ਇੰਡੀਆ ਪਹੁੰਚ ਗਿਆ ਵਾਂ। ਕਾਫੀ ਦਿਨ ਹੋ ਗਏ ਹੁਣ ਤਾਂ ਇੱਥੇ ਆ ਕੇ ਆਪਣਾ ਮੈਡੀਕਲ ਕੈਂਪ ਸੰਭਾਲਿਆ ਟਿਕਰੀ ਬਾਰਡਰ 'ਤੇ, ਕਿਉਂਕਿ ਕਾਫੀ ਤਸਵੀਰਾਂ ਅੱਗੇ ਆਈਆਂ ਸੀ। ਕੋਈ ਕਿਸੇ ਨੂੰ ਯੂਨੋ CPR ਚੱਲ ਰਹੀ ਆ, ਕਿਸੇ ਨੂੰ ਠੰਡ ਨਾਲ ਪ੍ਰੋਬਲਮ ਆ, ਔਰ ਮੌਤਾਂ ਵੀ ਕਾਫੀ ਹੋਈਆਂ ਸੀ। ਕੋਵਿਡ ਦਾ ਟਾਈਮ ਆ ਅਤੇ ਸਾਨੂੰ ਲੱਗਾ ਯਾਰ ਹੁਣ ਗੱਲਾਂ ਕਰਕੇ ਨਹੀਂ ਸਿੱਧਾ ਗੱਲ ਬਣਨੀ, ਮੈਦਾਨ 'ਚ ਪਹੁੰਚਣਾ ਪੈਣਾ, ਲੜਾਈ ਆਪ ਲੜਨੀ ਪੈਣੀ ਆ। ਸੋ ਪੂਰੀ ਟੀਮ ਦੇ ਨਾਲ ਅਸੀਂ ਇੱਥੇ ਪਹੁੰਚੇ ਹਾਂ ਪੰਜਾਬ। ਕਾਫੀ ਦਿਨਾਂ ਤੋਂ ਅਸੀਂ ਮੈਡੀਕਲ ਕੈਂਪ ਲਾਇਆ ਵਾ, ਬੜੀ ਚੜ੍ਹਦੀ ਕਲਾ ਦਾ ਮਾਹੌਲ ਆ। ਜੇ ਤੁਸੀਂ ਬਾਹਰ ਬੈਠੇ, ਮੈਂ ਤੁਹਾਨੂੰ ਦੱਸਦਾ ਕਿ ਆਪਾਂ ਨੂੰ ਨਾ ਬਹੁਤ ਕੁਝ ਅੱਗੇ ਗਲਤ ਚੀਜ਼ਾਂ ਦੱਸੀਆਂ ਜਾਂਦੀਆਂ। ਫੋਰ ਇੰਸਟੈਂਸ, ਜੇ ਜੈਮਰਸ ਦੀ ਗੱਲ ਹੋਈ ਸੀ ਜੀ, ਇੱਥੇ ਜੀ ਫੋਨ ਜੈਮਰ ਲਾ ਤੇ ਸਰਕਾਰ ਨੇ, ਔਰ ਮੈਂ ਦੱਸਦਾ ਕਿ ਉਹ ਸਰਕਾਰ ਨੇ ਜੈਮਰ ਜੁਮਰ ਕੋਈ ਨਹੀਂ ਲਾਏ, ਉਹ ਬਸ ਇੱਥੇ ਜੀ ਲੋਕ ਹੀ ਇੰਨੇ ਆ। ਹੁਣ ਲੱਖਾਂ ਲੋਕ 26 ਕਿਲੋਮੀਟਰ ਦਾ ਪਿੱਛੇ ਦੌਰਾ ਉਦਣ ਦਾ ਟਿਕਰੀ ਬਾਰਡਰ 'ਤੇ, ਹੁਣ ਤਾਂ ਉਹ ਵੀ ਵੱਧ ਗਿਆ ਹੋਊਗਾ। ਅਤੇ ਇੰਨੇ ਲੋਕ ਵਾਈਫਾਈ ਫੇਸਬੁੱਕ, ਉਹ ਤੁਹਾਨੂੰ ਪਤਾ ਹੀ ਆ ਪੰਜਾਬੀ ਪੂਰੇ ਕਰਦੇ ਆ, ਉਹਦੇ ਨਾਲ ਵਾਈਫਾਈ ਆਪੇ ਸਲੋ ਹੋਣਾ। ਸੋ ਜੈਮਰ ਜੁਮਰ ਕੋਈ ਨਹੀਂ ਲਾਏ। ਦੂਜੀ ਗੱਲ, ਲੋਕਾਂ ਨੂੰ ਇਹ ਸ਼ਾਇਦ ਅਸੀਂ ਕਿ ਯਾਰ ਇੱਥੇ ਨਾ ਖਾਲਿਸਤਾਨੀ ਕੋਈ ਜ਼ਿਆਦੇ ਆ, ਜਾਂ ਜੀ ਇੱਥੇ ਕੋਈ ਪੰਜਾਬੀ ਬਸ ਲੱਗੇ ਆ, ਹੋਰ ਕੋਈ ਨਹੀਂ ਹੈਗਾ। ਔਰ ਤੁਸੀਂ ਹੈਰਾਨ ਹੋਗੇ ਜਦੋਂ ਮੈਂ ਇੱਥੇ ਵੇਖਿਆ, ਪੰਜਾਬੀ ਉਨੇ ਹੀ ਹਰਿਆਣੀ, ਹਰਿਆਣੇ ਦੇ ਲੋਕ ਉਨੇ ਹੀ ਹੋਰ ਬਾਹਰੋਂ। ਸੋ ਪੂਰਾ ਮਾਹੌਲ ਆ। ਅਤੇ ਮੈਂ ਹਜੇ ਤੱਕ, ਹੁਣ ਜਿੰਨੇ ਵੀ ਦਿਨ ਹੋ ਗਏ, ਅਜੇ ਤੱਕ ਇੱਕ ਵੀ ਨਾਰਾ ਖਾਲਿਸਤਾਨ ਦਾ ਨਹੀਂ ਸੁਣਿਆ, ਅਤੇ ਨਾ ਹੀ ਕੋਈ ਖਾਲਿਸਤਾਨ ਦੀ ਗੱਲ ਕੀਤੀ ਆ। ਮੈਂ ਪ੍ਰਧਾਨ ਸਾਹਿਬ ਨਾਲ ਵੀ ਮੀਟਿੰਗ ਕੀਤੀ, ਵਾਈਸ ਪ੍ਰਧਾਨ ਪਾਰਟੀਆਂ ਦੇ, ਅਤੇ ਕਿਸੇ ਐਸੀ ਕੋਈ ਗੱਲ ਹੀ ਨਹੀਂ ਹੈਗੀ। ਮੈਨੂੰ ਨਹੀਂ ਪਤਾ NRI ਪਾਪੂਲੇਸ਼ਨ ਕਿਉਂ ਇੰਨਾ ਕਨਫਿਊਜ਼ ਹੁੰਦੀ ਹੈ ਇਸ ਚੀਜ਼ ਦੇ ਉੱਪਰ, ਐਸਾ ਕੋਈ ਮੁੱਦਾ ਹੈ ਹੀ ਨਹੀਂ। ਸੋ ਅੱਜ ਦਾ ਸ਼ੋਅ ਮੇਰਾ ਬੇਸਿਕਲੀ ਇਹੋ ਹੀ ਹੋਊਗਾ ਕਿ ਜਿਹੜੀਆਂ ਲੋਕਾਂ ਦੇ ਕੁਸ਼ਚਨ ਹੈ ਇੱਥੇ ਕੀ ਹੋ ਰਿਹਾ, ਕਿੰਨੀਆਂ ਕੁ ਤੰਗੀਆਂ ਵਾ, ਉਹ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂ। ਬਾਕੀ ਜੇ ਮੈਂ ਤੰਗੀਆਂ ਦੀ ਗੱਲ ਕਰਾਂ, ਕਿਉਂਕਿ NRI ਵੀਰ ਸਦਾ ਹੈਲਪ ਕਰਨਾ ਚਾਹੁੰਦੇ ਆ ਵੱਧ ਚੜ੍ਹ ਕੇ, ਅਤੇ ਮੈਂ ਦੱਸਦਾ ਜੇ ਤੁਸੀਂ ਕਿਸੇ ਵੀ ਟਰਾਲੀ 'ਤੇ ਚੱਲ ਜਾਓ ਨਾ, ਅਤੇ ਉਹਨਾਂ ਨੂੰ ਪੁੱਛੋ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ, ਅਤੇ ਕੋਈ ਵੀ ਤੁਹਾਨੂੰ ਕਹੂਗਾ ਨਹੀਂ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਆ। ਸਾਰੇ ਬਹੁਤ ਜ਼ਿਆਦਾ ਕੰਟੈਂਟ ਆ, ਔਰ ਬੜੀ ਹੈਰਾਨੀ ਦੀ ਗੱਲ ਆ, ਕਿਉਂਕਿ ਅਜੇ 4-3 ਦਿਨ ਪਹਿਲਾਂ ਇੱਥੇ ਬਹੁਤ ਜ਼ੋਰ ਨਾਲ ਮੀਂਹ ਪਿਆ, ਬੜਾ ਨੁਕਸਾਨ ਹੋਇਆ। ਪਰ ਉਹ ਲੋਕਾਂ ਨੂੰ ਤੁਸੀਂ ਇੱਕ ਵਾਰੀ ਪੁੱਛੋ, ਤੁਹਾਨੂੰ ਲੋੜ ਆ, ਕੋਈ ਕਹੂਗਾ ਨਹੀਂ ਮੈਨੂੰ ਲੋੜ ਆ। ਸੋ ਬੜੇ ਕੰਟੈਂਟ ਲੋਕ ਆ, ਪਰ ਫਿਰ ਵੀ ਮੈਂ NRI ਪਾਪੂਲੇਸ਼ਨ ਨੂੰ ਇਹ ਕਹੂੰਗਾ, ਯਾਰ ਵੇਖੋ ਇਹ ਵੀਰ ਆਪਣੇ ਲੜਾਈ ਲੜਦੇ ਆ ਨਾ ਇੱਥੇ, ਅਤੇ ਆਪਣਾ ਵੀ ਕੁਝ ਬਣਦਾ ਹੀ ਆ ਨਾ। ਚਲੋ ਜੇ ਤੁਸੀਂ ਇੱਥੇ ਨਹੀਂ ਆ ਸਕਦੇ, ਪਰ ਆਪਣਾ ਦਸਵੰਦ ਜ਼ਰੂਰ ਕੱਢੋ ਇਹ ਮੋਰਚੇ ਲਈ। ਜੇ ਤੁਸੀਂ ਪੰਜਾਬੀ ਹੋ ਨਾ, ਜੇ ਤੁਸੀਂ ਕਿਸਾਨ ਦੇ ਪੁੱਤ ਹੋ, ਅਤੇ ਅੱਜ ਤੁਹਾਨੂੰ ਮੈਦਾਨ 'ਚ ਆਉਣਾ ਪੈਣਾ, ਭਾਵੇਂ ਉਹ ਤੁਸੀਂ ਆ ਜਿਹੜਾ ਆਪਣਾ ਇਹ ਮੋਰਚੇ ਦੇ ਬਾਰੇ ਲੋਕਾਂ ਨੂੰ ਦੱਸੋ, ਆਪਣੇ ਫਰੈਂਡ ਸਰਕਲ ਵਿੱਚ, ਆਪਣੇ ਗੁਰਦੁਆਰੇ ਕੋਲ ਜਾਓ ਯਾਰ, ਗੁਰਦੁਆਰੇ ਜਿਹੜੇ ਆਪਣੇ ਜਿੱਥੇ ਆਪਾਂ ਮੱਥਾ ਟੇਕਦੇ ਹਾਂ ਨਾ, ਉਹਨਾਂ ਦੇ ਪ੍ਰਧਾਨਾਂ ਕੋਲ ਜਾਓ ਕਿ ਯਾਰ ਇਹ ਮੋਰਚਾ, ਇਹ ਆਪਣੀ ਹੋਣ ਦੀ ਲੜਾਈ ਆ, ਅਤੇ ਆਪਾਂ ਜਿੱਤਣਾ, ਅਤੇ ਜਿੱਤ ਫਿਰ ਹੀ ਸਕਾਂਗੇ ਨਾ ਜੇ ਆਪਾਂ ਜੋ ਵੀ ਇੱਥੇ ਲੋਕਾਂ ਦੀਆਂ ਲੋੜਾਂ ਹੋਣਗੀਆਂ ਆਪਾਂ ਪੂਰੀਆਂ ਕਰਾਂਗੇ। ਕਿਉਂਕਿ ਹੁਣ ਜੇ ਅਸੀਂ ਮੈਡੀਕਲ ਕੈਂਪ 'ਚ ਤੁਹਾਨੂੰ ਦੱਸ ਦਈਏ, ਐਸੇ ਕੇਸਿਸ ਅੱਗੇ ਆਉਂਦੇ ਆ, ਕਿਸੇ ਦੀਆਂ ਦਵਾਈਆਂ ਖਤਮ ਹੋ ਗਈਆਂ, ਜਾਂ ਕੱਟ ਲੱਗ ਜਾਂਦੇ ਆ, ਕਿਸੇ ਦੇ ਸਿਰ 'ਤੇ ਕੁਛ ਵੱਜ ਗਿਆ, ਉਹ ਸਾਨੂੰ ਡੀਲ ਕਰਨੇ ਪੈਂਦੇ ਆ। ਸੋ ਤੁਹਾਨੂੰ ਇੱਥੇ ਐਸਾ ਮੋਰਚਾ ਜੇ ਲੰਬੀ ਤੌਰ 'ਤੇ, ਹੁਣ ਲੜਾਈ ਸਾਰੇ ਮੰਨਦੇ ਆ ਕਿ ਲੰਬੀ ਦੇਰ ਦੀ ਚੱਲਣੀ ਆ, ਰਾਈਟ? ਸੋ ਤੁਹਾਨੂੰ ਇੱਥੇ ਡਾਕਟਰਾਂ ਦੀ ਵੀ ਲੋੜ ਪੈਣੀ ਆ, ਤੁਹਾਨੂੰ ਇੱਥੇ ਨਰਸਾਂ ਦੀ ਲੋੜ ਪੈਣੀ ਆ, ਹਰ ਇੱਕ ਫੀਲਡ ਦੇ ਲੋਕਾਂ ਦੀ ਲੋੜ ਪੈਣੀ ਆ। ਸੋ ਜੇ ਤੁਸੀਂ ਕਿਸੇ ਵੀ ਫੀਲਡ ਤੋਂ ਬਿਲੋਂਗ ਕਰਦੇ ਹੋ, ਤਾਂ ਜ਼ਰੂਰ ਆਪਣਾ ਯੋਗਦਾਨ ਪਾਓ। ਬਾਕੀ ਮੈਂ ਤੁਹਾਨੂੰ ਦੱਸਦਾ ਕਿ ਇਹ ਤਾਂ ਨਹੀਂ ਕਿ ਸਾਰਾ ਪੰਜਾਬ ਇੱਥੇ ਆ ਗਿਆ, ਪਰ ਲੱਗਦਾ ਕਿ ਕਾਫੀ ਹੱਦ ਤੱਕ ਪੰਜਾਬ ਇੱਥੇ ਪਹੁੰਚਦਾ ਯੂਥ। ਹੁਣ ਮੇਰਾ ਪਿਛਲੇ ਹਫ਼ਤੇ ਇੱਕ ਡਰੋਪ ਆਫ ਹੋਇਆ ਸੀ, ਅਭਿਸ਼ੇਰ ਸਿੰਘ ਮਾਨ ਚੰਡੀਗੜ੍ਹ ਤੋਂ ਆਪਣੇ ਪੂਰੀ ਟੀਮ ਦੇ ਨਾਲ ਆਏ, ਟਰੱਕ ਭਰ ਕੇ ਸਮਾਨ ਦੇ ਗਏ, ਮੇਰੀਆਂ ਦਵਾਈਆਂ ਦੇ ਗਏ ਸਾਡੀ ਟੀਮ ਨੂੰ, ਨਾਲ ਹੋਰ ਕੰਬਲਾਂ ਦੀ ਸੇਵਾ, ਕੀ ਸੇਵਾ। ਇੱਦਾਂ ਕਿੰਨੇ ਯੂਥ ਆ, ਹੋਰ ਲੋਕ ਜਿਹੜੇ ਸਾਨੂੰ ਪੁੱਛਦੇ ਆ ਯਾਰ ਕੀ ਲੈ ਕੇ ਆਈਏ। ਹੁਣ ਜੇ ਜਿਹੜਾ ਬੰਦਾ ਇੱਥੇ ਨਹੀਂ ਆ, ਉਹ ਐਜ਼ ਅ ਫਰੈਂਡ ਸਰਕਲ ਬਣਾ ਕੇ ਇੱਥੇ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ। ਬਾਕੀ ਮੈਨੂੰ ਇਹ ਪੁੱਛਿਆ ਜਾਂਦਾ ਕਿ ਤੁਸੀਂ ਇੱਥੇ ਕਿਉਂ ਆਏ, ਕਿਉਂਕਿ ਡਾਕਟਰ ਹੋਣ ਦੇ ਨਾਤੇ, ਹਾਰਟ ਸਪੈਸ਼ਲਿਸਟ, ਅਮੈਰੀਕਾ 'ਚ ਆਪਣਾ ਸਾਰਾ ਕੁਝ ਛੱਡ ਕੇ ਮੈਂ ਇੱਥੇ ਕਿਉਂ ਆਇਆ। ਅਤੇ ਮੇਰਾ ਇਹੋ ਹੀ ਆਨਸਰ ਹੁੰਦਾ, ਯਾਰ ਇਹ ਸਾਡੀ ਲੜਾਈ ਆ, ਇਹ ਪੰਜਾਬ ਦੀ ਲੜਾਈ ਆ। ਕਿਉਂਕਿ ਜੇ ਅਸੀਂ ਨਾ ਯਾਰ ਆਪਣਾ ਸੀਨਾ 'ਚ ਤਾਣ ਕੇ ਤੁਰਦੇ ਹਾਂ ਨਾ, ਤਾਂ ਲੋਕ ਸਾਨੂੰ ਕਹਿੰਦੇ ਕਿ ਤੁਸੀਂ ਪੰਜਾਬੀ ਹੋ ਬਾਹਰ, ਅਤੇ ਉਹ ਚੀਜ਼ ਸਾਰੀ ਖਤਮ ਹੋ ਜਾਣੀ ਜੇ ਆਪਾਂ ਲੜਾਈ ਹਾਰ ਗਏ। ਕਿੱਦਾਂ ਆਪਾਂ ਕਿਸੇ ਨੂੰ ਕਹਾਂਗੇ ਆਪਾਂ ਪੰਜਾਬੀ ਆ, ਲੋਕ ਆਪਣੇ 'ਤੇ ਹੱਸਣਗੇ। ਸੋ ਜੇ ਤੁਹਾਨੂੰ ਮਾਸਾ ਵੀ ਪ੍ਰਾਈਡ ਹੈ ਨਾ ਆਪਣੀ ਜ਼ਮੀਨ ਦੇ ਦਾ, ਤੁਹਾਡੇ ਪੰਜਾਬ ਦਾ, ਅਤੇ ਤੁਹਾਨੂੰ ਇਹ ਲੜਾਈ ਨਾਲ ਲੋ ਕੇ ਲੜਨੀ ਪੈਣੀ ਆ, ਭਾਵੇਂ ਤੁਸੀਂ ਉਹ ਪੈਸੇ ਨਾਲ ਲੜੋ, ਭਾਵੇਂ ਤੁਸੀਂ ਜਿੱਦਾਂ ਮਰਜ਼ੀ ਆ, ਇਹ ਲੜਾਈ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਜ਼ਰੂਰ ਕਰੋ। ਕਿਉਂਕਿ ਨਹੀਂ ਤਾਂ ਤੁਹਾਡੇ ਨਿਆਣੇ ਤੁਹਾਨੂੰ ਗਦਾਰ ਕਹਿਣਗੇ, ਆਲੇ ਦੁਆਲੇ ਇਹ ਨਾ ਹੋਵੇ ਲੋਕ ਤੁਹਾਨੂੰ ਗਦਾਰ ਕਹਿਣ ਲੱਗ ਪੈਣ ਜਿਹੜਾ ਇਹ ਬੰਦਾ ਇਸ ਲੜਾਈ ਵਿੱਚ ਹੁਣ ਪੰਜਾਬ ਦੇ ਨਾਲ, ਕਿਸਾਨਾਂ ਦੇ ਨਾਲ ਨਹੀਂ ਖੜਦਾ। ਬਾਕੀ ਸਾਨੂੰ ਪੁੱਛਿਆ ਜਾਂਦਾ ਐਜ਼ ਅ 5 ਰਿਵਰ ਹਾਰਟ ਐਸੋਸੀਏਸ਼ਨ ਵੱਲੋਂ ਅਸੀਂ ਕੀ ਕਰ ਰਹੇ ਹਾਂ। ਵੇਖੋ ਮੈਡੀਕਲ ਕੈਂਪ ਦਾ ਤੁਹਾਨੂੰ ਪਤਾ ਹੀ ਆ, ਰਾਈਟ? ਦਵਾਈਆਂ ਸਵੇਰ ਤੋਂ ਲੈ ਕੇ ਰਾਤ ਤੱਕ ਚੱਲਦੀਆਂ, ਉਹ ਸਾਡਾ ਨੰਬਰ 1 ਜਿਹੜਾ
ਰੀਜ਼ਨ ਸੀ ਜਿਹਦੇ ਕਰਕੇ ਅਸੀਂ ਆਏ ਸੀ ਔਰ ਅਸੀਂ ਕਾਫੀ ਡਿਫਰੈਂਸ ਮੇਕ ਕੀਤਾ। ਐਸੇ ਐਸੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ 200-200 ਬਲੱਡ ਪ੍ਰੈਸ਼ਰ ਸਿਸਟਾਲਿਕ, ਉਹਨਾਂ ਨੂੰ ਟ੍ਰੀਟ, ਵੂਡ ਸਾਡੇ ਕੋਲ ਬਹੁਤ ਆਉਂਦੇ ਆ, ਕਿਸੇ ਦੀ ਉਂਗਲ ਕੱਟੀ ਗਈ, ਕਿਸੇ ਦੇ ਠੇਡਾ ਵੱਜ ਗਿਆ, ਕਿਸੇ ਟਰਾਲੀ ਦਾ ਡਾਲਾ ਵੱਜ ਗਿਆ। ਸੋ ਐਸੇ ਕਾਫੀ ਕੇਸ ਆਉਂਦੇ ਆ, ਵੀ ਪਰਸਨਲੀ ਫੀਲ ਕਰਦਾ ਕਿ ਯਾਰ ਅਸੀਂ ਕੋਈ ਡਿਫਰੈਂਸ ਮੇਕ ਕਰ ਰਹੇ ਹਾਂ ਇੱਥੇ ਆ ਕੇ। ਬਾਕੀ ਯੂਥ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਯਾਰ ਵੱਧ ਤੋਂ ਵੱਧ ਲੋਕ, ਡਾਕਟਰ, ਇੰਜੀਨੀਅਰ, ਪ੍ਰੋਫੈਸ਼ਨਲ ਸਾਡੇ ਨਾਲ ਆ ਕੇ ਜੁੜਨ। ਦੂਜੀ ਜਿਹੜੀ ਅਸੀਂ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਗਲੇ ਕੁਛ ਦਿਨਾਂ 'ਚ ਸ਼ੁਰੂ ਹੋ ਜੂਗੀ, ਉਹ ਆ ਕਿਤਾਬਾਂ ਦਾ ਲੰਗਰ। ਕਿਉਂਕਿ ਤੁਸੀਂ ਵੇਖ ਹੀ ਸਕਦੇ ਜੋ ਇੱਥੇ ਜਿਹੜਾ ਮੋਸਟ ਲੋਕ ਹੈ, ਖਾਸ ਕਰਕੇ ਜਿਹੜੇ ਐਲਡਰਲੀ ਆ, ਸਾਰੇ ਬੜੇ ਪੜ੍ਹੇ ਲਿਖੇ ਲੋਕ ਆ, ਇਹ ਪੜ੍ਹੇ ਲਿਖੇ ਲੋਕਾਂ ਦਾ ਮੋਰਚਾ। ਅਤੇ ਮੇਰੇ ਕੋਈ ਸਾਡੇ ਕੋਈ ਬੜੇ ਲੋਕ ਹੀ ਆ ਯਾਰ, ਪੜ੍ਹਨ ਨੂੰ ਦਿਲ ਕਰਦਾ ਪਰ ਕਿਤਾਬ ਨਹੀਂ ਹੈਗੀ। ਸੋ ਅਸੀਂ ਵਾਹਵਾ ਜ਼ੋਰ ਸ਼ੋਰ ਨਾਲ ਅਗਲੇ 2 ਦਿਨਾਂ 'ਚੋਂ ਬੁੱਕਾਂ ਮੰਗਵਾਉਂਦੇ ਹਾਂ ਲੁਧਿਆਣੇ ਵੱਲੋਂ, ਭਾਵੇਂ ਸ਼ਹੀਦ ਆਮ ਸਰਦਾਰ ਭਗਤ ਸਿੰਘ ਦੀਆਂ ਹੋਣ, ਭਾਵੇਂ ਆਪਣੇ ਰੈਵੋਲਿਊਸ਼ਨਰੀ ਦੀਆਂ ਹੋਣ, ਬੰਦਾ ਸਿੰਘ ਬਹਾਦਰ ਦੇ ਉੱਤੇ, ਜਿਹੜੇ ਆਪਣੇ ਸਿੱਖ ਜਰਨੈਲ ਹੋਏ ਉਹਨਾਂ ਦੇ ਉੱਤੇ ਵੱਧ ਤੋਂ ਵੱਧ ਬੁੱਕਾਂ ਇਕੱਠੀਆਂ ਕਰਕੇ ਆਪਣੇ ਕੈਂਪ ਦੇ ਵਿੱਚ ਦੇਵਾਂਗੇ ਅਗਲੇ 2 ਦਿਨਾਂ ਵਿੱਚ। ਤੀਜੀ ਗੱਲ ਅਸੀਂ ਜਿਹੜੀ ਸ਼ੁਰੂ ਕੀਤੀ ਆ, ਕਿਉਂਕਿ ਕਾਫੀ ਪੇਸ਼ੈਂਟਸ ਅੱਗੇ ਆ ਰਹੇ ਸੀ, ਕਿਸੇ ਨੂੰ ਡਾਇਰੀਆ ਸੀ, ਕਿਸੇ ਨੂੰ ਕੋਈ ਪ੍ਰੋਬਲਮਸ ਆ ਰਹੀਆਂ ਵਾ, ਜਿਹੜੀਆਂ ਕਿ ਇੱਥੋਂ ਦੀ ਇਨਵਾਇਰਮੈਂਟ ਦੇ ਕਰਕੇ, ਕਿਉਂਕਿ ਲੋਕ ਜਦੋਂ ਇੰਨਾ ਇਕੱਠੇ ਹੋ ਜਾਂਦੇ ਆ, ਸਫਾਈ ਨਹੀਂ ਕਈ ਵਾਰੀ ਰਹਿੰਦੀ, ਬੜੇ ਲੋਕ ਐਸੇ ਜਿਹੜੇ ਆਪਣੇ ਟਰਾਲੀ ਦੇ ਆਲੇ ਦੁਆਲੇ ਸਫਾਈ ਕਰਦੇ ਕਿ ਨਹੀਂ ਕਰ ਪਾਉਂਦੇ। ਸੋ ਉਹ ਅਸੀਂ ਮੁਹਿੰਮ ਸ਼ੁਰੂ ਕਰਾਂਗੇ। ਅੱਜ ਝਾੜੂ ਸਾਡੇ ਕੋਲ ਪਹੁੰਚ ਗਏ ਆ, ਅਤੇ ਆਉਣ ਵਾਲੇ ਦਿਨਾਂ 'ਚ ਟਰੈਸ਼ ਬੈਗ, ਝਾੜੂ, ਨਾਲੇ ਬੰਦਿਆਂ ਦਾ ਅਸੀਂ ਇੰਤਜ਼ਾਮ ਕਰਾਂਗੇ ਕਿ ਜਿਹੜੇ ਟਰਾਲੀ ਅਤੇ ਟਰੈਕਟਰ ਵਾਲਿਆਂ ਨੂੰ ਝਾੜੂ ਦਿੱਤੇ ਜਾਣਗੇ, ਗਾਰਬੇਜ ਬੈਗ ਦਿੱਤੇ ਜਾਣਗੇ, ਜਿਹੜੇ ਉਹ ਆਪੇ ਸਫਾਈ ਕਰਕੇ ਟਰੈਸ਼ ਬੈਗ ਫਿੱਲ ਕਰ ਦੇਣ, ਅਤੇ ਬਾਅਦ 'ਚੋਂ ਉਹ ਸਾਡਾ ਕੋਈ ਬੰਦਾ ਆ ਕੇ ਉਹ ਸਾਰੇ ਚੁੱਕੂਗਾ ਅਤੇ ਸਫਾਈ ਹੋ ਸਕੇ। ਕਿਉਂਕਿ ਜਿਹੜੀ ਕਿਸਾਨ ਹੈ ਨਾ, ਕਿਸਾਨ ਜੇ ਆਪਾਂ ਕਹਿੰਦੇ ਹਾਂ ਕਿ ਮਿੱਟੀ ਸਾਡੀ ਮਾਂ ਆ, ਕਿਸਾਨ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹਦੀ ਮਿੱਟੀ ਨਾਲ ਬਹੁਤ ਡੂੰਘਾ, ਅਤੇ ਅਸੀਂ ਕਿੱਦਾਂ ਆਪਣੀ ਇਨਵਾਇਰਮੈਂਟ ਨੂੰ ਗੰਦੀ ਵੇਖ ਸਕਦੇ ਹਾਂ। ਔਰ ਮੈਂ ਵੀ ਕਹਿੰਦਾ ਕਿ ਯਾਰ ਇਹ ਨਾ ਜਿਹੜੀ ਲੜਾਈ ਆ, ਇਹ ਸਾਰੀ ਦੁਨੀਆ ਵੇਖ ਰਹੀ ਆ ਕਿ ਪੰਜਾਬੀ ਕਿੱਦਾਂ ਲੜਨਦੇ ਜਾਂ ਕਿਸਾਨ ਕਿੱਦਾਂ ਲੜਨਦੇ ਆ, ਇੱਕ ਅਲੱਗ ਪਹਿਚਾਣ ਬਣ ਰਹੀ ਹੈ। ਕਦੀ ਤੁਸੀਂ ਵੇਖਿਆ ਸੀ ਯਾਰ, ਡਾਂਗਾਂ ਵੀ ਆ ਲੋਕ ਖਾਈ ਜਾਂਦੇ, ਅਤੇ ਉਹੀ ਲੋਕ ਜਿਹੜੇ ਉਹਨਾਂ ਨੂੰ ਡਾਂਗਾਂ ਮਾਰਦੇ ਆ, ਉਹਨਾਂ ਨੂੰ ਉਹ ਪ੍ਰਸ਼ਾਦੇ ਛਕਾਈ ਜਾਂਦੇ ਆ। ਬੜਾ ਡਿਫਰੈਂਟ ਤਰ੍ਹਾਂ ਦੀ ਇੱਕ ਪਿਕਚਰ ਦੁਨੀਆ ਦੇ ਵਿੱਚ ਜਾ ਰਹੀ ਆ, ਅਤੇ ਜੇ ਸ਼ਾਇਦ ਆਪਾਂ ਇੱਥੇ ਸਫਾਈ ਜ਼ਿਆਦਾ ਕਰ ਦਈਏ, ਜੇ ਆਪਾਂ ਇਹ ਵੀ ਕੰਮ ਕਰਨ ਲੱਗ ਪਏ, ਹੋ ਸਕਦਾ ਇੱਕ ਸੋਹਣੀ ਫੋਟੋ ਪੰਜਾਬੀਆਂ ਦੀ, ਕਿਸਾਨਾਂ ਦੀ ਦੁਨੀਆ ਦੇ ਅੱਗੇ ਆਵੇ। ਸੋ ਉਹ ਸਾਡੀ ਸੰਸਥਾ ਜਿਹੜੀ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਜੋ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੋਰ ਵੀ ਮੈਂ ਦੱਸਦਾ ਬੜੀਆਂ ਸੰਸਥਾਵਾਂ ਨੇ, ਭਾਵੇਂ ਖਾਲਸਾ ਐਡ ਆ, ਬਹੁਤ ਵਧੀਆ ਕੰਮ ਕਰ ਰਹੇ ਨੇ, ਹੋਰ ਬਹੁਤ ਲੋਕ ਨੇ ਜਿਹੜੇ ਇੱਥੇ ਚੰਗੇ ਕੰਮ ਕਰ ਰਹੇ ਆ, ਅਤੇ ਇੱਦਾਂ ਹੀ ਅਸੀਂ ਆਪਣਾ ਜਿੰਨਾ ਵੀ ਯੋਗਦਾਨ ਪਾ ਸਕਦੇ ਹਾਂ ਉਹ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਵੇਂ ਉਹ ਸਾਡੇ ਅਮੈਰੀਕਾ 'ਚ ਬੈਠੇ ਵੀਰ ਆ ਜਿਹੜੇ ਸਾਨੂੰ ਸਪੋਰਟ ਕਰਦੇ ਆ, ਜਾਂ ਇੱਥੇ ਸਾਡੀ ਜਿਹੜੀ ਟੀਮ ਹੈ ਇੰਡੀਆ ਦੀ। ਤੀਜਾ ਕੁਸ਼ਚਨ ਮੇਨਲੀ ਕਿ ਤੁਸੀਂ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਵੇਖ ਰਹੇ ਹੋ, ਕਿਉਂਕਿ ਡਾਕਟਰ ਜਿਹੜੇ ਸਾਨੂੰ ਜੁਆਇਨ ਕਰਨਾ ਚਾਹੁੰਦੇ ਉਹ ਕੁਸ਼ਚਨਸ ਪੁੱਛਦੇ ਆ ਕਿ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਜ਼ਿਆਦੀਆਂ ਵੇਖ ਰਹੇ। ਮੈਂ ਕਹਿੰਦਾ ਇਹੋ ਕਹਾਂ ਕਿ ਸਭ ਤੋਂ ਜ਼ਿਆਦਾ ਤਾਂ ਯੂਜਲੀ ਨੋਰਮਲ ਜਿਹੜੀਆਂ ਚੀਜ਼ਾਂ ਆਪਾਂ ਡੇ ਟੂ ਡੇ ਮੈਡੀਸਨ ਵਿੱਚ ਫੇਸ ਕਰਦੇ ਹੋ ਉਹ ਆਉਂਦੀਆਂ, ਪਰ ਕਿਉਂਕਿ ਲੋਕ ਘਰਾਂ ਤੋਂ ਦੂਰ ਆ, ਗੰਦਗੀ ਵਧਣ ਕਰਕੇ ਇੱਥੇ ਡਾਇਰੀਆ ਦੇ ਕੇਸ ਕਾਫੀ ਵਧਣਦੇ ਆ। ਬਾਕੀ ਤੁਸੀਂ ਬਿਲੀਵ ਨਹੀਂ ਕਰੋਗੇ, ਘਰੇ ਕੋਈ ਸ਼ਾਇਦ ਇੱਕ ਰੋਟੀ ਖਾਂਦਾ ਹੋਵੇ, ਇੱਥੇ ਆ ਕੇ 3 ਰੋਟੀਆਂ ਖਾਂਦੇ ਆ, ਕਿਉਂਕਿ ਲੰਗਰ ਹੀ ਇੰਨੇ ਲੱਗੇ ਆ, ਜਲੇਬੀਆਂ, ਪਕੌੜੇ, ਉਹਦੇ ਕਰਕੇ ਪੇਟ ਦੀ ਪ੍ਰੋਬਲਮ ਬੜੇ ਆ ਲੋਕਾਂ ਨੂੰ ਹੁੰਦੀ ਆ। ਅਸੀਂ ਵੀ ਮੈਸੇਜ ਪੁੱਟ ਆਊਟ ਕੀਤਾ ਸੀ ਲੋਕਾਂ ਨੂੰ ਕਿ ਯਾਰ ਇਹ ਮੇਲਾ ਨਹੀਂ, ਇਹ ਮੋਰਚਾ ਵਾ, ਮੋਰਚੇ 'ਤੇ ਧਿਆਨ ਨਾ ਖਾਓ, ਬਿਮਾਰ ਹੋਣ ਥੋੜ੍ਹੀ ਆਏ ਜੋ। ਸੋ ਥੋੜ੍ਹੀ ਜਿਹੀ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਆ ਕਿ ਯਾਰ ਥੋੜ੍ਹਾ ਜਿਹਾ ਧਿਆਨ ਨਾਲ ਰੋਟੀ ਪਾਣੀ ਖਾਓ, ਕਿ ਤੁਸੀਂ ਇਹ ਹੋ ਸਕਦਾ ਲੰਬਾ ਲੰਬਾ ਚੱਲੇ ਅਤੇ ਤੁਸੀਂ ਬਿਮਾਰ ਨਾ ਹੋ ਜਾਓ। ਗੱਲਬਾਤ ਜਾਰੀ ਰੱਖਾਂਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬਹੁਤ ਲੋਕ ਆਉਂਦੇ ਆ ਕਿ ਇਹ ਅੰਦੋਲਨ ਭਾਵੇਂ ਅਸੀਂ ਜਿੱਤੀਏ ਭਾਵੇਂ ਹਾਰੀਏ, ਪਰ ਅੰਤ ਜਿਹੜਾ ਸਿੱਟਾ ਉਹ ਨਿਕਲਣਾ ਉਹ ਸਾਡੇ ਸਾਨੂੰ ਪਤਾ ਨਹੀਂ, ਪਰ ਹਜੇ ਤੱਕ ਅਸੀਂ ਬਹੁਤ ਕੁਝ ਜਿੱਤ ਲਿਆ। ਇੱਕ ਸਾਡੀ ਵੱਡੀ ਜਿੱਤ ਆ ਉਹ ਸਾਡਾ ਭਾਈਚਾਰਾ, ਭਾਵੇਂ ਉਹ ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਹੋਵੇ, ਭਾਵੇਂ ਉਹ ਪੰਜਾਬ, ਹਰਿਆਣਾ ਭਾਈਚਾਰਾ ਹੋਵੇ। ਹੁਣ ਇੱਥੇ ਜਿੱਥੇ ਅਸੀਂ ਖਲੋਤੇ ਹਾਂ ਨਾ, ਇਹ ਜਿਹੜਾ ਪੈਟਰੋਲ ਪੰਪ ਆ, ਇੱਕ ਉਹਦੀ ਵੱਡੀ ਮਿਸਾਲ ਆ। ਹੁਣ ਕਿੰਨੇ ਦਿਨਾਂ ਤੋਂ ਇਹ ਪੈਟਰੋਲ ਪੰਪ 'ਤੇ ਖਾਲਸਾ ਏਡ ਵਾਲਿਆਂ ਦਾ ਵੀ ਕੈਂਪ ਲੱਗ ਰਿਹਾ, ਸਾਡਾ ਫਾਈਵ ਰਿਵਰ ਦਾ ਵੀ ਕੈਂਪ ਲੱਗ ਰਿਹਾ, ਔਰ ਸਭ ਤੋਂ ਜ਼ਿਆਦਾ ਸਾਨੂੰ ਸਪੋਰਟ ਹੈ ਇੱਥੋਂ ਦੇ ਜਿਹੜੇ ਓਨਰ ਆ ਉਹਨਾਂ ਦੀ ਇੰਨਾ ਜ਼ਿਆਦਾ ਕਿ ਵੇਖੋ, ਫੀਮੇਲਸ ਲਈ ਉਹਨਾਂ ਨੇ ਅਲੱਗ ਆਪਣਾ ਖਾਸ ਬਾਥਰੂਮ ਉਹਨਾਂ ਨੇ ਖੋਲ੍ਹਤਾ ਲੋਕਾਂ ਦੇ ਲਈ। ਵੇਖੋ ਜੀ, ਜੰਗ ਆਪਾਂ ਜਿੱਤਣੀ ਕਿ ਨਹੀਂ ਜਿੱਤਣੀ ਉਹਦਾ ਕਿਸੇ ਨੂੰ ਨਹੀਂ ਪਤਾ, ਪਰ ਅਜੇ ਤੱਕ ਆਪਾਂ ਬਹੁਤ ਕੁਝ ਜਿੱਤ ਲਿਆ। ਇੱਕ ਹੈ ਜਿਹੜਾ ਸਾਡਾ ਭਾਈਚਾਰਾ, ਜਿਹੜੀ ਚੀਜ਼ਾਂ ਅਸੀਂ ਗਵਾਲੀਆਂ ਸੀ, ਭਾਵੇਂ ਉਹ ਹਿੰਦੂ, ਮੁਸਲਿਮ, ਸਿੱਖ ਭਾਈਚਾਰਾ ਹੋਵੇ, ਭਾਵੇਂ ਉਹ ਪੰਜਾਬ, ਹਰਿਆਣਾ ਭਾਈਚਾਰਾ ਹੋਵੇ, ਉਹਦੀ ਇੱਕ ਮਿਸਾਲ ਇੱਥੇ ਹਰਿਆਣੇ 'ਚ ਜਿੱਥੇ ਸਾਡਾ ਕੈਂਪ ਲੱਗ ਰਿਹਾ ਪੈਟਰੋਲ ਪੰਪ ਆ। ਔਰ ਮੈਂ ਤੁਹਾਨੂੰ ਦੱਸਦਾ ਪਿਛਲੇ ਕਿੰਨੇ ਹੁਣ 20 ਦਿਨ ਹੋ ਗਏ ਆ ਉਹਦਾ ਨਾਲ ਇੱਥੇ ਖਾਲਸਾ ਏਡ ਦਾ ਕੈਂਪ ਲੱਗ ਰਿਹਾ, ਨਾਲ ਸਾਡਾ ਫਾਈਵ ਰਿਵਰ ਹਾਰਟ ਦਾ ਕੈਂਪ ਲੱਗ ਰਿਹਾ। ਔਰ ਜਿਨ੍ਹਾਂ ਨੇ ਸਾਨੂੰ ਇਹ ਜਗ੍ਹਾ ਦਿੱਤੀ ਆ, ਉਹ ਪੈਟਰੋਲ ਪੰਪ ਦਿੱਤਾ ਹਰਿਆਣਵੀ,
ਉਹਨਾਂ ਦੀ ਇੰਨੀ ਜ਼ਿਆਦਾ ਸਾਨੂੰ ਸਪੋਰਟ ਆ। ਵੇਖੋ ਜਨਾਨੀਆਂ ਲਈ ਉਹਨਾਂ ਨੇ ਇੱਕ ਅਲੱਗ ਬਾਥਰੂਮ, ਆਪਣਾ ਜਿਹੜਾ ਖਾਸ ਬਾਥਰੂਮ ਉਹਨਾਂ ਨੇ ਖੋਲ੍ਹ ਦਿੱਤਾ, ਪਿੱਛੇ ਬਾਥਰੂਮ ਨਹਾਉਣ ਦੀ ਸੂਰੀ ਸੁਵਿਧਾ ਦਿੱਤੀ ਲੋਕਾਂ ਦੇ ਲਈ। ਸਾਨੂੰ ਜੇ ਕੋਈ ਚਾਹੀਦਾ ਹੁੰਦਾ ਸਿੱਧਾ ਉਹਨਾਂ ਕੋਲ ਚਾਹੀਦਾ, ਭਾਵੇਂ ਖਾਣ ਪੀਣ ਲਈ, ਕੌਫੀ ਤੋਂ ਲੈ ਕੇ ਕਿਸੇ ਵੀ ਚੀਜ਼ ਦੀ ਸਾਨੂੰ ਲੋੜ ਆ, ਲੋੜ ਪੂਰੀ ਕਰਦੇ। ਇਹ ਸਾਡਾ ਭਾਈਚਾਰਾ ਵਧਣ ਦਿਆ। ਮੈਂ ਕਹਿੰਦਾ ਅਸੀਂ ਬਹੁਤ ਕੁਝ ਜਿੱਤ ਲਿਆ। ਉਹਨਾਂ ਨਾਲ ਛੋਟੀ ਜਿਹੀ ਤੁਹਾਨੂੰ ਉਹਨਾਂ ਦਾ ਪਹਿਲਾਂ ਇੰਟਰੋਡਕਸ਼ਨ ਦਿੰਦੇ ਹਾਂ। ਜਨਾਬ ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ, बहुत अच्छा लगा आप जैसे भाइयों का आकर यहाँ साथ पाकर। मैं तो मोदी जी का इसलिए धन्यवाद भी करना चाहता हूँ कि आप सारे भाई आए हमसे मिले, बहुत अच्छा लगा। और इस चीज़ के लिए कि मैं किसी की मदद कर पा रहा हूँ या किसी के सुख दुख में काम आ पा रहा हूँ तो मेरे लिए बहुत बड़ी बात है। बाकी मैं अपने किसान वीरां नूं कहां कि जदों भी तुसीं हरियाणे विचों निकलो ना, आप पेट्रोल पंप का नाम याद रख लो, HP HP पेट्रोल पंप आ, RK फिलिंग स्टेशन आ, ते इत्थे जरूर खलोयो। ते भावें होर ना कुछ इत्थे भावें हाथ जोड़ के निकल जाओ, पर इत्थे खलोना हर एक पंजाबी दा, हर एक किसान दा बनदा कि जिन्ना योगदान इन्हां दा रहा ना, मैं ही बहुत ज़्यादा थैंकफुल आ, देन नहीं दे सकदे। सो थैंक यू। ਸੋ ਲੋਕ ਸਾਨੂੰ ਪੁੱਛਦੇ ਆ ਯਾਰ ਤੁਹਾਨੂੰ ਕੋਲ ਇੰਨੀਆਂ ਦਵਾਈਆਂ ਕਿੱਥੋਂ ਆਈਆਂ, ਠੀਕ ਹੈ ਨਾ। ਇੱਕ ਤਾਂ ਚਲੋ ਅਸੀਂ ਅਮਰੀਕਾ ਤੋਂ ਲਿਆਉਂਦੀਆਂ, ਇੱਕ ਸਾਡੇ ਜਿਹੜੇ ਯਾਰ ਬੇਲੀਆਂ ਨੇ ਇੱਥੋਂ ਇਕੱਠੇ ਕਰਕੇ ਦੇ ਦਿੰਦੇ ਆ, ਪਰ ਤੁਸੀਂ ਹੈਰਾਨ ਹੋਵੋਗੇ ਇੱਥੋਂ ਵੀ ਸਾਨੂੰ ਹੈਲਪ ਬੜੀ ਹੁੰਦੀ ਆ। ਇੱਕ ਟੀਮ ਮਿਲੀ ਜਿਹੜੀ ਸਾਨੂੰ ਫੋਨ ਕਰਦੀ ਰੈਂਡਮਲੀ ਕਿ ਭਾਈ ਤੁਹਾਨੂੰ ਕਿਹੜੀਆਂ ਕਿਹੜੀਆਂ ਦਵਾਈਆਂ ਚਾਹੀਦੀਆਂ, ਕਿਹੜੇ ਕਿਹੜੇ ਡਾਕਟਰ ਚਾਹੀਦੇ ਆ, ਜੋ ਉਹਨਾਂ ਨੂੰ ਕਹੀਦਾ ਭਾਵੇਂ ਉਹ ਹਾਰਨਟਸ ਦੀ ਡੱਬੀ ਹੋਵੇ ਉਹ ਸਾਡੇ ਤੱਕ ਪਹੁੰਚਾ ਦਿੰਦੇ ਆ, ਸਾਰਾ ਦਿਨ ਇੱਥੇ ਫਿਰਦੇ ਰਹਿੰਦੇ ਆ। ਸੋ ਮੈਂ ਤੁਹਾਨੂੰ ਉਹਨਾਂ ਨਾਲ ਮਿਲਾਉਣਾ ਚਾਹੂੰਗਾ, ਦਿਪਾਂਸ਼ੂ ਦੁਆ ਅਤੇ ਫਤਿਹ ਸਿੰਘ, ਯਾਰ ਹੀ ਬਣ ਗਏ ਸਾਡੇ, ਇੱਥੇ ਪਰਿਵਾਰ ਬਣ ਗਿਆ। ਸੋ ਦੱਸੋ ਥੋੜ੍ਹੇ ਆਪਣੇ ਬਾਰੇ ਦੱਸੋ, ਆਪਣੀ ਸੰਸਥਾ ਬਾਰੇ ਦੱਸੋ। ਤੋ ਮੇਰਾ ਨਾਮ ਹਿਮਾਂਸ਼ ਦੁਆ ਹੈ ਔਰ ਮੈਂ ਯਹੀਂ ਬਹਾਦਰਗੜ੍ਹ ਕਾ ਲੋਕਲ ਰੈਸੀਡੈਂਟ ਹੂੰ। ਤੋ ਮੈਂ ਕੋਈ ਹਮਾਰੀ ਕੋਈ ਸੰਸਥਾ ਨਹੀਂ ਹੈ ਔਰ ਮੈਂ ਔਰ ਫਤਿਹ ਜੋ ਹੈ ਆਪਣੇ ਲੈਵਲ ਪਰ ਕਰਾਊਡ ਫੰਡ ਰੇਜ਼ਿੰਗ ਕਰਕੇ ਔਰ ਡੋਨੇਸ਼ਨ ਡਰਾਈਵਸ ਕਰਕੇ ਮੈਡੀਸਨਸ ਇਕੱਠਾ ਕਰਦੇ ਹਾਂ ਔਰ ਜੋ ਵੀ ਰਿਲੀਫ ਮਟੀਰੀਅਲ ਯਹਾਂ ਪਰ ਚਾਹੀਏ ਹੋਤਾ ਹੈ ਵੋ ਪ੍ਰੋਵਾਈਡ ਕਰ ਰਹੇ ਹੈਂ। ਤੋ ਮੈਂ ਡੇ 1 ਸੇ ਇਧਰ ਹੀ ਹੂੰ ਔਰ ਅਲੱਗ ਅਲੱਗ ਲੰਗਰ ਕੈਂਪਸ ਪਰ ਮੇਰਾ ਜੋ ਹੈ ਫੋਨ ਨੰਬਰ ਹੈ। ਤੋ ਜਬ ਵੀ ਕਿਸੀ ਕੋ ਕਿਸੀ ਚੀਜ਼ ਕੀ ਰਿਕੁਆਇਰਮੈਂਟ ਹੋਤੀ ਹੈ ਮੁਝੇ ਵਟਸਐਪ ਪਰ ਬਤਾਤੇ ਹੈ, ਕਾਲ ਕਰਕੇ ਬਤਾਤੇ ਹੈ ਔਰ ਮੈਂ ਫੰਡ ਰੇਜ਼ ਕਰਕੇ ਯਾ ਕੈਸੇ ਵੀ ਕਰਕੇ ਉਨਕੋ ਮਟੀਰੀਅਲ ਪ੍ਰੋਵਾਈਡ ਕਰਦਾ ਹੂੰ। ਤੋ ਅਭੀ ਤੱਕ ਫਤਿਹ ਔਰ ਹਮਨੇ ਕਰੀਬ 60-70,000 ਕੀ ਮੈਡੀਸਨਸ ਯਹਾਂ ਪਰ ਖਾਲਸਾ ਏਡ, ਖਾਲਸਾ ਮਿਸ਼ਨ, ਪੰਜਾਬ ਯੂਥ ਕੈਂਪ ਔਰ ਜੋ ਛੋਟੇ ਮੋਟੇ ਕੈਂਪਸ ਲਗੇ ਹੋਏ ਮੈਡੀਕਲ ਕੈਂਪਸ ਕੋ ਉਨਕੋ ਹਮਨੇ ਪ੍ਰੋਵਾਈਡ ਕਰਾ ਹੈ। ਇਸਕੇ ਇਲਾਵਾ ਫਤਿਹ ਆਪਕੋ ਬਾਕੀ ਬਤਾਏਂਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਰਬਫਤਿਹ ਸਿੰਘ ਹੈ ਅਤੇ ਮੈਂ ਬਠਿੰਡੇ ਤੋਂ ਹਾਂ। ਬਾਕੀ ਇਹ ਗੱਲ ਹੈ ਕਿ ਅਸੀਂ ਜਮ੍ਹਾਂ ਪਹਿਲਾਂ ਇੱਕ ਦੂਜੇ ਨੂੰ ਕਦੇ ਨਹੀਂ ਮਿਲੇ ਸੀਗੇ, ਇਹ ਗੱਲ ਹੋਈ ਅਤੇ ਅਸੀਂ ਇਕੱਠੇ ਹੋ ਗਏ। ਸਾਡਾ ਕੋਈ ਪੋਲੀਟੀਕਲ ਏਜੰਡਾ ਨਹੀਂ ਹੈਗਾ, ਸਾਡਾ ਸਿਰਫ ਇਹ ਹੈ ਕਿ ਇੱਥੇ ਜਿਹੜੇ ਬੰਦੇ ਨੇ ਉਹ ਜੋ ਵੀ ਆਪਦੇ ਹੱਕਾਂ ਲਈ ਲੜ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੋਸੈਸ ਆ ਚੱਲਦਾ ਰਹੇ, ਇਹ ਸਾਡਾ ਕੰਮ ਹੈ ਬਸ। ਕੁਛ ਵੀ ਕੋਈ ਲੋੜ ਹੈਗੀ ਅਸੀਂ ਆਪਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਡੋਨੇਸ਼ਨ ਡਰਾਈਵਸ ਕਰਾਉਂਦੇ ਹਾਂ, ਜਿੰਨਾ ਸਮਾਨ ਇਕੱਠਾ ਹੁੰਦਾ ਸਾਰਾ ਇੱਥੇ ਆ ਕੇ ਦੇ ਦਿੰਦੇ ਹਾਂ ਅਤੇ ਸਾਡਾ ਬਸ ਇਹੀ ਏਜੰਡਾ ਅਤੇ ਕਰਦੇ ਰਹਾਂਗੇ ਜਦ ਤੱਕ ਲੋੜ ਪਊਗੀ, ਬਸ ਇਹੀ ਕਹੂੰਗਾ ਮੈਂ ਤਾਂ। ਜੀ ਮੈਂ ਡਾਕਟਰ ਦਿਓਲ, ਇੱਥੇ ਟਿਕਰੀ ਕੈਂਪ 'ਤੇ ਹੈਗਾ, ਇੱਥੇ ਕੈਂਪ ਲਾਇਆ ਹੋਇਆ ਆਪਣਾ ਮੈਡੀਕਲ ਕੈਂਪ। ਮੇਰੇ ਵੱਲੋਂ ਲੋਕਾਂ ਨੂੰ ਇੱਕੋ ਬੇਨਤੀ ਹੈ, ਆਪਦਾ ਪਾਣੀ ਸਾਫ਼ ਪੀਓ, ਲੈਟਰਿਨ ਪ੍ਰੋਪਰ ਜਾਓ, ਖਾਣ ਪੀਣ ਸਾਫ਼ ਰੱਖੋ ਕਿਉਂਕਿ ਡਾਇਰੀਆ ਦੇ ਉੱਤੇ ਬਹੁਤ ਜ਼ਿਆਦਾ ਪੇਸ਼ੈਂਟ ਆ ਰਹੇ ਆ, ਠੀਕ ਹੈ। ਦੂਜੀ ਗੱਲ, ਜਿਹੜੇ BP ਵਾਲੇ ਪੇਸ਼ੈਂਟ ਹੈਗੇ ਆ ਉਹ ਦਵਾਈਆਂ ਨਾਲ ਲੈ ਕੇ ਨਹੀਂ ਆਏ, ਉਹ ਸਾਡੇ ਕੋਲ ਆਉਣ, ਆਪਦਾ BP ਚੈੱਕ ਕਰਾਉਣ, ਉਸ ਦਵਾਈਆਂ ਦਈਏ ਉਹਨਾਂ ਨੂੰ, ਠੀਕ ਹੈ। ਤੀਜੀ ਗੱਲ, ਆਪਦਾ ਆਲਾ ਦੁਆਲਾ ਸਾਫ਼ ਸੁਥਰਾ ਰੱਖੀਏ ਆਪਾਂ, ਕਿਉਂਕਿ ਗੰਦ ਪਊਗਾ, ਬਿਮਾਰੀਆਂ ਹੋਣਗੀਆਂ, ਕੱਲ੍ਹ ਮਲੇਰੀਆ ਹੋ ਗਿਆ, ਡੈਂਗੂ ਹੋ ਗਿਆ, ਇੱਥੇ ਪਤਾ ਨਹੀਂ ਕਿੰਦਰ ਬਹਿਣਾ ਪਊਗਾ ਆਪਾਂ ਨੂੰ, ਠੀਕ ਹੈ। ਸਫਾਈ ਰੱਖੀਏ। ਦੂਜੀ ਗੱਲ, ਤਾਂ ਲੋਕ ਚਾਹ ਪਕੌੜੇ ਬਹੁਤ ਜ਼ਿਆਦਾ ਪੀ ਰਹੇ ਆ, ਖੁਰਾਕ ਆਪਾਂ ਠੀਕ ਰੱਖੀਏ, ਠੀਕ ਹੈ, ਕਿਉਂਕਿ ਵੱਧ ਖਾਣ ਨਾਲ ਬਿਮਾਰੀ ਦਾ ਘਰ ਹੀ ਹੁੰਦਾ ਜੀ ਉਹ। ਮੇਰੇ ਤੋਂ ਲੋਕਾਂ ਨੂੰ ਬਸ ਆਹੀ ਬੇਨਤੀ ਆ, ਕੋਈ ਲੋੜ ਹੋਵੇ ਇੱਥੇ HP ਦਾ ਪੰਪ ਹੈਗਾ ਟਿਕਰੀ, ਇੱਥੇ ਪਿੱਛੇ ਬੈਠੇ ਹਾਂ ਅਤੇ ਜਦੋਂ ਤੱਕ ਚੱਲ ਰਿਹਾ ਇਹ ਸਾਰਾ ਮੂਵਮੈਂਟ ਅਸੀਂ ਇੱਥੇ ਬੈਠੇ ਸੇਵਾ ਕਰਨ ਨੂੰ, ਬਸ ਮੇਰੇ ਦਾ ਆਹੀ ਕਹਿਣਾ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਰਮਨਦੀਪ ਸਿੰਘ, ਐਜ਼ ਆ ਫਿਜ਼ੀਓਥੈਰਾਪਿਸਟ ਇੱਥੇ ਸੇਵਾਵਾਂ ਦੇਣ ਲਈ ਅਸੀਂ ਆਏ ਹਾਂ। ਪੈਰਾਲੰਪਿਕ ਸਪੋਰਟਸ ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇੰਡੀਆ ਵਿੱਚ ਹੁੰਦੀਆਂ ਹੈ, ਜਿਵੇਂ ਸਪੈਸ਼ਲੀ ਬੋਸ਼ੀਆ ਗੇਮ ਜਿਹੜੀ ਵੀਲਚੇਅਰ 'ਤੇ ਬੱਚਿਆਂ ਲਈ ਹੁੰਦੀ ਆ, ਉਹਨਾਂ ਦੇ ਵਿੱਚੋਂ ਮੈਂ ਐਜ਼ ਆ ਫਿਜ਼ੀਓਥੈਰਾਪਿਸਟ, ਹੈੱਡ ਫਿਜ਼ੀਓਥੈਰਾਪਿਸਟ ਸੇਵਾਵਾਂ ਦੇ ਰਿਹਾ ਹੈ। ਇੰਡੀਆ ਦੇ ਵਿੱਚ ਮੈਂ ਇਕੱਲਾ ਹੀ ਫਿਜ਼ੀਓ ਹਾਂ ਜੋ ਇੰਟਰਨੈਸ਼ਨਲੀ ਕੋਰਸ ਕੰਪਲੀਟ ਕੀਤਾ ਹੋਇਆ ਹੈ, ਅਤੇ ਮੈਂ ਡਿਸਟ੍ਰਿਕਟ ਫਰੀਦਕੋਟ ਪੰਜਾਬ ਜੈਤੋ ਤੋਂ ਵਿਵੇਕ ਚੈਰੀਟੇਬਲ ਹੋਸਪਿਟਲ ਵੱਲੋਂ, ਜੋ ਸੰਤ ਰਿਸ਼ੀ ਰਾਮ ਜੀ ਨੇ ਉਹਨਾਂ ਵੱਲੋਂ ਸਾਨੂੰ ਇੱਥੇ ਭੇਜਿਆ ਗਿਆ ਹੈ, ਅਤੇ ਇੱਥੇ ਅਸੀਂ ਐਜ਼ ਆ ਫਿਜ਼ੀਓਥੈਰਾਪਿਸਟ ਸੇਵਾਵਾਂ ਦੇਣ ਆਏ ਹਾਂ। ਇਹ ਟਿਕਰੀ ਬਾਰਡਰ ਦੇ ਨੇੜੇ ਇੱਥੇ ਖਾਲਸਾ ਏਡਜ਼ ਨੇ ਇੱਕ
ਇੱਥੇ ਕੈਂਪ ਬਹੁਤ ਵਧੀਆ ਕੈਂਪ ਔਰਗਨਾਈਜ਼ ਕੀਤਾ ਹੋਇਆ ਹੈ, ਉਹਦੇ ਵਿੱਚ ਅਸੀਂ ਐਜ਼ ਆ ਵਲੰਟੀਅਰ ਸੇਵਾਵਾਂ ਦੇ ਰਹੇ ਹਾਂ। ਕਿਸੇ ਨੂੰ ਵੀ ਫਿਜ਼ੀਓ ਨਾਲ ਰਿਲੇਟਡ ਕੋਈ ਵੀ ਤਕਲੀਫ ਹੁੰਦੀ ਹੈ ਤਾਂ ਉਸ ਦੇ ਲਈ ਅਸੀਂ ਇੱਥੇ ਅਵੇਲੇਬਲ ਹਾਂ। ਐਂਡ ਇੱਥੇ ਖਾਲਸਾ ਏਡ ਨੇ ਜੋ ਮਸਾਜ ਦੇ ਲਈ ਵੀਲਚੇਅਰਸ ਜੋ ਚੇਅਰਸ ਪ੍ਰੋਵਾਈਡ ਕੀਤੀਆਂ ਮਸਾਜ ਦੇ ਲਈ, ਉਹ ਵੀ ਬਹੁਤ ਵਧੀਆ ਇੱਕ ਬੈਨੀਫਿਟਸ ਹੈ ਲੋਕਾਂ ਦੇ ਲਈ। ਜਿਸ ਤਰ੍ਹਾਂ ਬਹੁਤ ਜ਼ਿਆਦਾ ਜਿੱਦਾਂ ਸਾਰੇ ਇੱਥੇ ਬਜ਼ੁਰਗ ਇੱਥੇ ਜ਼ਿਆਦਾ ਨੇ, ਬਹੁਤ ਜ਼ਿਆਦਾ ਗਿਣਤੀ 'ਚ ਨੇ, ਅਤੇ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ, ਹੋਰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹੈ, ਨੀ ਜੁਆਇੰਟ ਦੁੱਖ ਰਹੇ ਨੇ, ਲੱਤਾਂ ਸਟਿਫਨੈਸ ਹੋ ਚੁੱਕੀ ਹੈ, ਉਹ ਸਾਰਿਆਂ ਦੇ ਇੱਥੇ ਬੜੀ ਹੀ ਤਸੱਲੀ ਬਖਸ਼ ਨਾਲ ਇੱਥੇ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਹੈ। ਇਹੀ ਮੈਂ ਸਾਰਿਆਂ ਨੂੰ ਮੈਸੇਜ ਕਨਵੇ ਕਰਨਾ ਚਾਹੁੰਦਾ ਹਾਂ ਕਿ ਸਾਰੇ ਹੀ ਆਪਾਂ ਆ ਕੇ, ਜਿਸ ਤਰ੍ਹਾਂ ਮੈਂ ਫਿਜ਼ੀਓਥੈਰਾਪਿਸਟ ਹਾਂ ਅਤੇ ਛੁੱਟੀ ਦੀ ਸੈਟਿੰਗ ਕਰਕੇ ਚਾਹੇ 3 ਦਿਨ ਹੋਏ ਚਾਹੇ 4 ਦਿਨ ਹੋਏ ਇੱਥੇ ਪਾਰਟ ਕਰਨ ਆਏ ਹਾਂ ਕਿ ਆ ਕੇ ਸ਼ਮੂਲੀਅਤ ਕੀਤੀ ਜਾਵੇ। ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਆ ਕੇ ਸਾਰੇ ਜਾਣੇ ਸਹਿਯੋਗ ਦੇਣ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਇਹ ਮੋਰਚੇ ਵਿੱਚ ਜਿੱਤਾਂ ਅਤੇ ਹਾਰਾਂ ਬਹੁਤ ਹੋਣੀਆਂ, ਪਰ ਮੇਰੇ ਲਈ ਪਰਸਨਲੀ ਇੱਕ ਬਹੁਤ ਵੱਡੀ ਜਿੱਤ ਆ ਕਿ ਮੈਨੂੰ ਖਾਲਸਾ ਏਡ ਦੇ ਨਾਲ, ਮਤਲਬ ਕਿ ਨਾਲ ਇਹ ਨਹੀਂ ਕਿ ਇਕੱਠੇ ਕੰਮ ਕਰ ਰਹੇ, ਪਰ ਉਹਨਾਂ ਦੇ ਸਾਈਡ 'ਤੇ ਕੰਮ ਕਰਨ ਨੂੰ ਮਿਲਿਆ। ਮੇਰੇ ਲਈ ਬਹੁਤ ਵੱਡੀ ਇੱਕ ਪ੍ਰਾਪਤੀ ਆ, ਕਿਉਂਕਿ ਮੈਨੂੰ ਇੱਥੇ ਜੋ ਲੜਕੇ ਆ, ਜਿਹਨੇ ਮੁੰਡੇ ਆ, ਯੂਥ ਆ, ਉਹਨਾਂ ਦਾ ਕੰਮ ਵੇਖਿਆ, ਦਿਲੋਂ ਕੰਮ ਕਰਦੇ ਆ, ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਨੂੰ ਵੇਖ ਵੇਖ ਕੇ ਮੇਰਾ ਵੀ ਹੋਰ ਮਨ ਕੀਤਾ ਕਿ ਮੈਂ ਖੁਸ਼ੀ ਨਾਲ ਕੰਮ ਕਰਾਂ। ਵੇਖੋ, ਮੈਂ ਤੁਸੀਂ ਬਿਲੀਵ ਨਹੀਂ ਕਰਨਾ, ਇੱਥੋਂ ਦੇ ਲੋਕਲ ਲੋਕ ਆਉਂਦੇ ਇਹਨਾਂ ਕੋਈ ਚੀਜ਼ਾਂ ਲੈਣ, ਕੰਬਲ ਹੋਏ ਜਾਂ ਹੋਰ ਚੀਜ਼ਾਂ, ਅਤੇ ਮੋੜਦੇ ਨਹੀਂ ਕਿਸੇ ਨੂੰ, ਕਹਿੰਦੇ ਉਹਨੂੰ ਦੱਸ ਵੀ ਦਿੰਦੇ ਯਾਰ ਤੂੰ ਕੰਬਲ ਸਵੇਰੇ ਲੈ ਕੇ ਗਿਆ ਵਾ, ਉਹ ਪਰ ਤਾਂ ਵੀ ਉਹਨੂੰ ਦੇ ਦਿੰਦੇ ਆ, ਇਹੋ ਜਿਹਾ ਕੰਮ ਕਰਦੇ ਆ। ਔਰ ਲੰਗਰ ਕਦੀ ਰੁਕਦਾ ਨਹੀਂ, ਵੇਖੋ ਜੀ, ਬਾਕੀ ਸਮਾਨ ਕੋਈ ਵੀ ਐਸਾ ਸਮਾਨ ਨਹੀਂ ਆ, ਭਾਵੇਂ ਉਹ ਪਾਣੀ ਜਾਂ ਕੋਈ ਵੀ ਚੀਜ਼। ਸੋ ਮੈਂ ਪਰਸਨਲੀ ਰਵੀ ਸਿੰਘ ਜੀ ਹੋਰਾਂ ਨੂੰ ਥੈਂਕ ਯੂ ਕਰਦਾ, ਉਹਨਾਂ ਦੀ ਟੀਮ ਨੂੰ, ਪਤਾ ਨਹੀਂ ਕਿੱਦਾਂ ਸੱਚੀ ਇਹ ਹਿਸਾਬ ਦਾ ਗੁਰਦੁਆਰਾ ਹੀ ਬਣ ਗਿਆ। ਮੈਂ ਇਹ ਤੋਂ ਛੋਟੀ ਕੋਈ ਗੱਲ ਨਹੀਂ ਕਹਿ ਸਕਦਾ, ਜਿੱਦਾਂ ਲੋਕਾਂ ਦੀ ਇਹ ਸੇਵਾ ਕਰ ਰਹੇ ਆ ਦਿਨ ਰਾਤ, ਔਰ ਯੂਥ ਲਈ ਇੱਕ ਆਈਕਨ ਦੀ ਤਰ੍ਹਾਂ ਅੱਗੇ ਆਉਂਦੇ ਆ। ਮੇਰੇ ਲਈ ਤਾਂ ਯੂਨੋ, ਮੈਂ ਫਿਊਚਰ ਵਿੱਚ ਹੁਣ ਮੇਰਾ ਮਨ ਕਰਦਾ ਯਾਰ ਮੈਂ ਖਾਲਸਾ ਏਡ ਨਾਲ ਜ਼ਰੂਰ ਕਦੀ ਨਾ ਕਦੀ ਕੰਮ ਕਰਨਾ। ਸੋ ਮੈਂ ਕੁਛ ਸਾਰਿਆਂ ਨੂੰ ਇੱਥੇ ਇਕੱਠਾ ਨਹੀਂ ਕਰ ਪਾਇਆ, ਕਿਉਂਕਿ ਕੰਮ ਬਹੁਤ ਜ਼ਿਆਦਾ, ਪਰ ਜਿਨ੍ਹਾਂ ਨੂੰ ਮੈਂ ਫੜ ਸਕਿਆ ਉਹਨਾਂ ਨੂੰ ਮੈਂ ਆਪਣੇ ਨਾਲ ਲਿਆਂਦਾ। ਇੱਕ ਛੋਟੀ ਛੋਟੀ ਉਹਨਾਂ ਨਾਲ ਗੱਲਬਾਤ ਕਰਦੇ ਵੀਰ ਜੀ, ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਬਸ ਵੀਰ ਜੀ, ਆਪਣਾ ਤਾਂ ਮੌਕਾ ਮਿਲਿਆ ਸਾਨੂੰ ਵੀ ਤੁਹਾਡੇ ਵਾਂਗ ਸੇਵਾ ਕਰਨ ਦਾ, ਅਸੀਂ ਸਾਰੀ ਸੰਗਤਾਂ ਦੀ ਸੇਵਾ ਕਰ ਰਹੇ ਹਾਂ ਕਿ ਆਪਣੇ ਕਿਸੇ ਵੀਰ ਭਰਾ ਨੂੰ ਕੋਈ ਦਿੱਕਤ ਨਾ ਆਵੇ, ਹਰ ਚੀਜ਼ ਜੋ ਉਹਨਾਂ ਨੂੰ ਲੋੜ ਆ ਆਪਾਂ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਕਰੀਏ, ਕਿਸੇ ਵੀਰ ਭਰਾ ਨੂੰ ਕਿਸੇ ਚੀਜ਼ ਦੀ ਕੋਈ ਵੀ ਚੀਜ਼ ਦੀ ਦਿੱਕਤ ਨਾ ਆਵੇ। ਹੁਣ ਆਪਾਂ ਜਿਵੇਂ ਦਿੱਕਤ ਸੀ, ਲੇਡੀਜ਼ ਦੀ ਦਿੱਕਤ ਸੀਗੀ, ਉਹ ਬੀਬੀਆਂ ਵਾਸਤੇ ਆਪਾਂ ਇਹ ਸ਼ੈਲਟਰ ਹਾਊਸ ਬਣਾਇਆ ਵਾ, ਅਤੇ ਉਹਨਾਂ ਦੇ ਵਾਸਤੇ ਕਿ ਹਾਂ ਰਾਤ ਨੂੰ ਆਉਣ, ਇੱਥੇ ਸੌਣ, ਅਤੇ ਵਧੀਆ ਪ੍ਰਬੰਧ, ਸੀ ਸੀ ਟੀ ਵੀ ਕੈਮਰੇ ਅੰਦਰ, ਕਿਸੇ ਚੀਜ਼ ਦੀ ਮਤਲਬ ਕਿ ਕੋਈ ਵੀ ਨਾ ਕੋਈ ਸੇਫਟੀ, ਕਈ ਲੋਕ ਸੇਫਟੀ ਇਨਸਿਕਿਓਰ ਫੀਲ ਕਰਦੇ ਆ, ਕੋਈ ਵੀ ਚੀਜ਼ ਦੀ ਦਿੱਕਤ ਨਾ ਆਵੇ। ਬਸ ਰਾਤ ਸਾਰੇ ਵੀਰਾਂ ਭਰਾਵਾਂ ਦੀ ਐਵੇਂ ਹੀ ਕਿਰਪਾ ਰਹੇ, ਤਾਂ ਆਪਾਂ ਵੱਧ ਤੋਂ ਵੱਧ ਲੱਗੇ ਰਹੀਏ ਆਹੀ ਸੇਵਾ ਕਰਨ ਸਾਰਿਆਂ ਦੀ। ਔਰ ਇੱਕ ਗੱਲ ਇਹਨਾਂ ਦੀ ਖਾਸੀਅਤ ਇਹ ਆ, ਇਹ ਨਾ ਰੀਅਲਾਈਜ਼ ਕਰ ਜਾਂਦੇ ਜਦੋਂ ਕੋਈ ਸਮਝੋ ਕਿ ਚੀਜ਼ ਨਹੀਂ ਫਿੱਟ ਠੀਕ ਬਹਿਣ ਦੀ। ਮੈਂ ਪਕੌੜਿਆਂ ਵਾਲੀ ਗੱਲ ਕਰਾਂ, ਪਹਿਲੇ 2 ਦਿਨ ਪਕੌੜੇ ਸਰਵ ਹੋਏ, ਉਹਨਾਂ ਨੇ ਵੇਖਿਆ ਕਿ ਨਹੀਂ ਇਹ ਲੋਕਾਂ ਨੂੰ ਤੰਗ ਕਰਨ ਦੀ ਚੀਜ਼, ਕਿਉਂਕਿ ਲੋਕ ਗਲਤ, ਉਹ ਇੱਕ ਮੇਲੇ ਦੇ ਮਾਹੌਲ ਬਣ ਰਿਹਾ, ਉਹਨਾਂ ਨੇ ਪਕੌੜੇ ਬੰਦ ਕਰਤੇ। ਸੋ ਇਟਸ ਇੱਕ ਦਿਲੋਂ ਕੰਮ ਕਰਦੀ ਔਰਗਨਾਈਜੇਸ਼ਨ ਵਾਂਗੂ ਅੱਗੇ ਆ ਰਿਹਾ, ਖਾਸ ਕਰਕੇ ਇਸ ਮੋਰਚੇ ਵਿੱਚ। ਬਾਕੀ ਵੀਰ ਤੁਸੀਂ ਦੱਸੋ ਯਾਰ, ਹੁਣ ਬਾਹਰ ਬੈਠੇ ਯੂਥ ਵੀ ਚਾਹੁੰਦੇ ਅਸੀਂ ਵੀ ਖਾਲਸਾ ਏਡ ਦਾ ਪਾਰਟ ਬਣਨਾ, ਕਿੱਦਾਂ ਤੁਸੀਂ ਕਿੱਦਾਂ ਜੁਆਇਨ ਕੀਤਾ ਅਤੇ ਕਿੱਦਾਂ ਹੋਰ ਲੋਕ ਇਹ ਔਰਗਨਾਈਜੇਸ਼ਨ ਦਾ ਪਾਰਟ ਬਣ ਸਕਦੇ ਆ? ਅਸੀਂ ਜੀ ਜੁਆਇਨ ਤਾਂ ਇੱਦਾਂ ਗਾ, ਅਸੀਂ ਤਾਂ ਪਹਿਲਾਂ ਇੱਥੇ ਕਿਸਾਨ ਮੋਰਚੇ ਨਾਲ ਆਏ ਸੀਗੇ, ਫਿਰ ਸਾਨੂੰ ਆ ਕੇ ਇੱਥੇ, ਕਿਉਂਕਿ ਸਾਡੀ ਟਰਾਲੀ ਬਿਲਕੁਲ ਨੇੜੇ ਸੀਗੀ, ਅਤੇ ਉਦੋਂ ਮੁੜ ਕੇ ਨਾਲ ਦੇ ਤਾਂ ਸਾਥੀ ਸਾਰੇ, ਕਿਉਂਕਿ ਟਾਈਮ ਬਾਈ ਆਈ ਜਾਂਦੇ ਨੇ, ਮੁੜੀ ਜਾਂਦੇ ਨੇ, ਮੁੜ ਗਏ, ਮੈਨੂੰ ਬਹੁਤ ਵਧੀਆ ਲੱਗੇ ਇੱਥੇ ਸੇਵਾ ਕਰਕੇ, ਅਤੇ ਮੈਂ ਉਸ ਦਿਨ ਦਾ ਦਿਨ ਭਰ ਰਾਤ ਇੱਥੇ ਸੇਵਾ ਕਰ ਰਿਹਾ ਹਾਂ, ਕਿਉਂਕਿ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਇੱਥੇ ਸੇਵਾ ਕਰਕੇ। ਅਸੀਂ ਜਿਹੜੀ ਵੀ ਚੀਜ਼ਾਂ ਦੀ ਲੋਕਾਂ ਦੀਆਂ ਡਿਮਾਂਡਾਂ ਹੁੰਦੀਆਂ ਨੇ, ਸਾਨੂੰ ਪਤਾ ਲੱਗਦਾ ਗਾ, ਬਾਈ ਜੀ ਉਹਨਾਂ ਨਾਲ, ਖੋਸੇ ਬਾਈ ਜੀ ਉਹਨਾਂ ਨਾਲ ਗੱਲ ਕਰਕੇ, ਉਹ ਜਿਵੇਂ ਅੱਜ ਹੁਣ ਥੋੜ੍ਹੇ ਪਿਛਲੇ ਦਿਨੀ ਮੀਂਹ ਬਹੁਤ ਪਿਆ ਇੱਥੇ, ਤਰਪਾਲਾਂ ਪਾਟ ਗਈਆਂ, ਕੁਛ ਵੀ ਹੋਇਆ, ਅਸੀਂ ਕੱਲ੍ਹ ਦੇ ਤਰਪਾਲਾਂ ਦੀ ਬਹੁਤ ਕਰ ਰਹੇ ਹਾਂਗੇ ਵੀ ਹਰ ਲੋੜਵੰਦ ਬੰਦੇ ਤੱਕ ਪਹੁੰਚ ਜਾਵੇ ਚੀਜ਼, ਇਸ ਨਾਲ ਸਾਡਾ ਸਾਰਾ ਚੱਲ ਰਿਹਾ। ਬਾਕੀ ਵੀਰ ਜੀ ਉਹਨੇ ਦੱਸਿਆ ਜਮਿੰਦਰ, ਅਸੀਂ ਸਾਰਾ ਲੇਡੀਜ਼ ਲਈ, ਬਜ਼ੁਰਗਾਂ ਲਈ ਪੂਰਾ ਪ੍ਰਬੰਧ ਕੀਤਾ ਹੋਇਆ, ਭੂਰੇ ਵਗੈਰਾ ਜੋ ਵੀ ਸਾਡੇ ਤੋਂ ਚੀਜ਼ ਹੁੰਦੀ ਅਸੀਂ ਪੂਰੇ ਦੇ ਰਹੇ ਹਾਂ ਉਹਨਾਂ ਨੂੰ। ਬਾਕੀ ਸੀ ਸੀ ਟੀ ਕੈਮਰੇ ਸਾਡੇ ਬਕਾਇਦਾ ਲਾਏ ਹੋਏ ਆ ਵੀ ਹਰ ਤਰ੍ਹਾਂ ਸਿਕਿਉਰਿਟੀ 'ਤੇ ਸਾਡੀ ਨਜ਼ਰ ਪੂਰੀ ਰਹੇ ਬਣ ਕੇ। ਉਹਦੇ 100% ਆ, ਰਾਤ ਨੂੰ ਮੈਂ ਦਵਾਈਆਂ ਵੀ ਇੰਨਾ ਕੋਈ ਰੱਖ ਕੇ ਜਾਂਦਾ ਵਾਂ, ਇੰਨੀ ਸਿਕਿਉਰਿਟੀ ਆ। ਸੋ ਪਿਆਰ ਬਹੁਤ ਜ਼ਿਆਦਾ। ਬਾਕੀ ਵੀਰ ਜੀ, ਐਨ ਆਰ ਆਈ ਪਾਪੂਲੇਸ਼ਨ ਨੂੰ ਜੇ ਆਪਾਂ ਕੋਈ ਮੈਸੇਜ ਪਹੁੰਚਾਉਣਾ ਹੋਵੇ, ਕਿਸੇ ਚੀਜ਼ ਦੀ ਘਾਟ ਹੋਵੇ,
ਤੁਸੀਂ ਸਾਨੂੰ ਸ਼ੇਅਰ ਕਰੋ ਕਿਹੜੀ ਚੀਜ਼ ਦੀ ਤੁਹਾਨੂੰ ਇੱਥੇ ਘਾਟ ਮਹਿਸੂਸ ਕਰਦੀ ਕਿ ਲੋਕ ਕਿਹੜੀ ਚੀਜ਼ ਜ਼ਿਆਦਾ ਮੰਗਣ ਦੇ ਆ ਜਿਹੜੀ ਕੋਈ ਘਾਟ ਤੁਸੀਂ ਉਹਨਾਂ ਅਸੀਂ ਪੂਰੀ ਕਰ ਸਕਦੀ ਐਜ਼ ਐਨ ਆਰ ਆਈ ਪਾਪੂਲੇਸ਼ਨ? ਸਭ ਤੋਂ ਜ਼ਿਆਦਾ ਪਿਛਲੇ 2 ਕੁ ਦਿਨ ਪਹਿਲਾਂ ਸਭ ਤੋਂ ਜ਼ਿਆਦਾ ਘਾਟ ਸੀ ਤਰਪਾਲਾਂ ਦੀ। ਤਰਪਾਲਾਂ ਦੀ ਅਸੀਂ 2 ਦਿਨ ਤੋਂ ਪੂਰੀ ਸੇਵਾ ਕਰ ਰਹੇ ਹਾਂ, ਹਜੇ ਵੀ ਥੋੜ੍ਹੀ ਘਾਟ ਹੈਗੀ ਆ, ਬਟ ਉਹ ਤੋਂ ਵੀ ਜ਼ਿਆਦਾ ਘਾਟ ਹੈ ਸੈਨੇਟਾਈਜੇਸ਼ਨ ਦੀ, ਵਾਸ਼ਰੂਮਸ ਵਗੈਰਾ, ਨਹਾਉਣ ਧੋਣ ਦੇ ਏਰੀਆ, ਕੱਪੜੇ ਧੋਣ ਦਾ ਪ੍ਰਬੰਧ, ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਘਾਟ ਹੈ। ਅਤੇ ਬਾਕੀ ਆਪਣਾ ਜਿਵੇਂ ਕਿ ਆਪਣੀ ਔਰਗਨਾਈਜੇਸ਼ਨ ਦਾ ਮਿਸ਼ਨ ਹੈ ਕਿ ਮਨੁੱਖਤਾ ਦੀ ਸੇਵਾ ਕਰਨਾ, ਅਤੇ ਕਿਸੇ ਵੀ ਚੀਜ਼ ਦੀ ਲੋੜ ਪਈ ਤਾਂ ਆਪਾਂ ਮਨੁੱਖਤਾ ਦੀ ਸੇਵਾ ਕਰਨ ਲਈ ਵੱਧ ਚੜ੍ਹ ਕੇ ਹਿੱਸਾ ਲਵਾਂਗੇ ਜੀ। ਔਰ ਮੈਂ ਇੰਨਾ ਦੱਸਦਾ ਕਿ ਬੜੀ ਵੱਡੀ ਗੱਲ ਕੀਤੀ ਵੀਰ ਨੇ, ਵਾਕਿਆ ਹੀ ਇੱਥੇ ਕੋਈ ਇਹ ਨਹੀਂ ਪੁੱਛਦਾ ਕੋਈ ਹਿੰਦੂ ਕੌਣ ਆ, ਮੁਸਲਮਾਨ ਕੌਣ ਆ, ਸਿੱਖ ਕੌਣ ਆ। ਮੈਂ ਕਲੀਅਰਲੀ ਆਪਣੀ ਅੱਖਾਂ 'ਚ ਇਹ ਵੇਖਿਆ, ਇਹ ਨਾ ਕੋਈ ਰੰਗ, ਨਾ ਕੋਈ ਜਾਤ, ਨਾ ਪਾਤ, ਹਰ ਇੱਕ ਨੂੰ ਉਹੀ ਸਰਵਿਸ ਮਿਲਦੀ ਆ। ਸੋ ਵਾਹਿਗੁਰੂ ਇਹਨਾਂ 'ਤੇ ਕਿਰਪਾ ਕਰੇ, ਇਹਨਾਂ ਦੇ ਨਾਲ ਹੋਰ ਲੋਕ ਜੁੜੀ ਜਾਣ। ਮੈਂ ਤਾਂ ਇਹਨਾਂ ਨਾਲ ਹੁਣ ਜੁੜੀ ਗਿਆ, ਤੁਸੀਂ ਵੀ ਜੁੜਨ ਦੀ ਕੋਸ਼ਿਸ਼ ਕਰੋ। ਚਲੋ ਜੀ, ਥੋੜ੍ਹਾ ਜਿਹਾ ਬਿਆਨ ਲੈ ਲੈਂਦੇ ਹਾਂ। ਭਾਊ ਜੀ ਇੱਥੇ ਕੋਲ ਖਲੋਤੇ ਆ, ਉਹਨਾਂ ਨੂੰ ਪੁੱਛਦੇ ਕਿ ਭਾਊ ਜੀ ਲੱਗਦਾ ਕਿ ਆਪਾਂ ਕਿਸਾਨ ਜਿੱਤਣਗੇ ਜੀ? ਕਿਸਾਨ ਹਰ ਹਾਲਤ 100% 101% ਜਿੱਤ ਕੇ ਜਾਣਗੇ। ਇਹ ਮੋਦੀ ਨੂੰ ਹਾਰਨਾ ਪਊ, ਮੂੰਹ ਦੀ ਖਾਣੀ ਪੈਣੀ ਹੈ। ਹੁਣ ਮੋਦੀ ਇਸੇ ਕਰਕੇ ਲੁਕਿਆ ਫਿਰਦਾ ਗਾ, ਪਰ ਅਸੀਂ ਜਿੱਤ ਕੇ ਜਾਵਾਂਗੇ। ਸਾਡੇ ਨਾਲ 70-80 ਸਾਲ ਦੀਆਂ ਸਾਡੀਆਂ ਮਾਵਾਂ ਘਰਾਂ ਦੇ ਵਿੱਚ, ਜਿਨ੍ਹਾਂ ਨੇ ਟਿੱਬੇ ਢਾਲੇ ਸੀ ਜਾਂ ਪ੍ਰਸ਼ਾਦੇ ਬਣਾਏ ਸੀ ਘਰਾਂ ਦੇ ਵਿੱਚ, ਸਾਡੀ ਨੌਜਵਾਨੀ ਨੇ, ਉਹ ਟੇਕ ਕੇ ਨਹੀਂ ਬੈਠ ਰਹੇ। ਸਾਡੇ ਬਾਪੂ ਖੁਦ ਸਾਡੇ ਨਾਲ ਆਏ ਨੇ, ਅਤੇ ਅਸੀਂ ਜਿੱਤ ਕੇ ਨਿਕਲਾਂਗੇ ਹਰ ਹਾਲਤ। ਜਿਹੜਾ ਇਹ ਮੋਦੀ ਨੇ ਕਾਨੂੰਨ ਬਣਾਏ ਨੇ, ਉਹ ਕਾਨੂੰਨ ਮੋਦੀ ਨੂੰ ਵਾਪਸ ਲੈਣੇ ਪੈਣਗੇ। ਉਦੋਂ ਤੱਕ ਸਾਡੇ ਹੌਸਲੇ ਬੁਲੰਦ ਨੇ, ਹਰ ਰੋਜ਼ ਜਨਤਾ ਵੱਧਦੀ ਤੁਰੀ ਆਉਂਦੀ ਹੈ। ਮੇਰਾ ਪਿੰਡ ਧੌਲਾ ਜ਼ਿਲ੍ਹੇ ਬਰਨਾਲੇ ਨਾਲ ਹੈ। ਪਹਿਲੇ ਦਿਨ ਅਸੀਂ 5 ਟਰਾਲੀਆਂ ਗਈਆਂ, ਪਰਸੋਂ 6 ਟਰਾਲੀਆਂ ਹੋਰ ਆ ਗਈਆਂ, ਕੱਲ੍ਹ ਨੂੰ 2 ਟਰਾਲੀਆਂ ਨੇ ਹੋਰ ਆਉਣਾ ਗਾ। ਅਤੇ ਉਹਦੇ ਵਿੱਚ ਦੇਖੋ ਵੀ ਕਿਵੇਂ ਜਨਤਾ ਹਰ ਰੋਜ਼ ਵੱਧਦੀ ਤੁਰੀ ਆਉਂਦੀ ਹੈ, ਕਿ ਜਿਹੜੇ ਟ੍ਰੇਨਾਂ 'ਤੇ ਆਉਂਦੇ ਨੇ ਜਾਂ ਬੱਸਾਂ 'ਤੇ ਆਉਂਦੇ ਨੇ, ਜਾਂ ਆਪਦੀਆਂ ਨਿੱਜੀ ਗੱਡੀਆਂ ਲੈ ਕੇ ਆਉਂਦੇ ਨੇ, ਉਹਨਾਂ ਦਾ ਪਤਾ ਨਹੀਂ ਕਿੰਨੇ ਕੁਛ ਲੋਕ ਆਈ ਜਾਂਦੇ ਨੇ। ਅਤੇ ਭਾਊ ਜੀ, ਮੈਂ ਜੋ ਵੇਖ ਰਿਹਾ ਕਿ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਸਮਾਨ ਲੋਕ ਨਾਲ ਲੈ ਕੇ ਆਏ ਆ? ਜਿਹੜਾ ਸਮਾਨ ਦੀ ਗੱਲ ਆ, ਜਿਹੜਾ ਲੋਕ ਲੈ ਕੇ ਆਏ ਨੇ 3-3, 4-4 ਮਹੀਨਿਆਂ ਦਾ, 5-5, 6-6 ਮਹੀਨਿਆਂ ਦਾ, ਉਹ ਤਾਂ ਵੱਖਰਾ ਹੈ। ਲੋਕਾਂ ਨੇ ਉਹਦਾ ਸਮਾਨ ਜਮ੍ਹਾਂ ਹੀ ਪਿਆ ਗਾ ਇੱਥੋਂ ਦੇ ਲੋਕਾਂ ਕੋਲੋਂ, ਪਤਾ ਨਹੀਂ ਕਿੱਧਰੋਂ ਸਾਡੇ ਹਰਿਆਣੇ ਵਾਲੇ ਭਰਾ ਨੇ, ਰਾਜਸਥਾਨ ਵਾਲਿਆਂ ਨੇ ਜਾਂ ਦਿੱਲੀ ਵਾਲਿਆਂ ਨੇ, ਇੰਨਾ ਰਾਸ਼ਨ ਲੰਗਰ ਲਾਏ ਨੇ, ਜਾਣ ਦੀ ਲੋਕਾਂ ਤੋਂ ਖਾਧੇ ਨਹੀਂ ਜਾਂਦੇ, ਬੇਹੱਦ ਜ਼ਿਆਦਾ ਹੈ।